ਦਿਖਾ। ਅੱਜ ਜਲਾਲ ਜਿਹੜਾ ਨਾ ਪਰਮੇਸ਼ੁਰ ਦਾ, ਉਹ ਬਹੁਤ ਲੋਕਾਂ 'ਚ ਘੱਟ ਆਉਂਦਾ, ਬਹੁਤ ਘੱਟ ਲੋਕ ਦੇਖਦੇ ਆ ਪਰਮੇਸ਼ੁਰ ਦੇ ਜਲਾਲ ਨੂੰ। ਕਲੀਸਿਆਵਾਂ ਦੇ ਉੱਤੇ ਜਲਾਲ ਨਹੀਂ, ਪਾਸਟਰਾਂ ਦੇ ਉੱਤੇ ਜਲਾਲ ਨਹੀਂ ਆ। ਜਦੋਂ ਸਾਡੇ ਉੱਤੇ ਜਲਾਲ ਆਵੇਗਾ, ਜਦੋਂ ਸਾਡੇ ਉੱਤੇ ਪਰਮੇਸ਼ੁਰ ਦਾ ਜਲਾਲ ਆਵੇਗਾ, ਪਰਮੇਸ਼ੁਰ ਦਾ ਹੱਥ ਸਾਡੇ ਉੱਤੇ ਆਵੇਗਾ, ਪਰਮੇਸ਼ੁਰ ਦਾ ਜਲਾਲ, ਉਹਦਾ ਫੇਸ ਸਾਡੇ ਨਾਲ ਫੇਸ ਟੂ ਫੇਸ ਹੋ ਕੇ ਗੱਲਬਾਤ ਜਦੋਂ ਪਰਮੇਸ਼ੁਰ ਕਰੇਗਾ, ਤੇ ਤੁਸੀਂ ਚਮਕੋਗੇ ਯਿਸੂ ਦੇ ਸਮਰਥੀ ਨਾਮ ਮੈਂ। ਫਿਰ ਜਿੰਨਾ ਮਰਜ਼ੀ ਦੁਨੀਆ ਦੀ ਕੋਸ਼ਿਸ਼ ਕਰੇ ਤੁਹਾਨੂੰ ਦੱਬਣ ਦੀ, ਪਰ ਤੁਸੀਂ ਫਿਰ ਉੱਠ ਕੇ ਬਾਹਰ ਆਓਗੇ ਯਿਸੂ ਦੇ ਸਮਰਥੀ ਨਾਮ ਮੈਂ, ਕਿਉਂਕਿ ਪਰਮੇਸ਼ੁਰ ਦਾ ਜਲਾਲ ਤੁਹਾਡੇ ਉੱਤੇ ਆ ਚੁੱਕਾ। ਹਾਲੇਲੂਇਆ ਹਾਲੇਲੂਇਆ। ਜਿਸ ਤਰ੍ਹਾਂ ਮੂਸਾ ਮਿਸਰ ਚੋਂ ਲੈ ਕੇ ਨਿਕਲੇ ਆਪਣੇ ਲੋਕਾਂ ਨੂੰ, ਇਸਰਾਇਲੀਆਂ ਨੂੰ ਕਨਾਨ ਦੇਸ਼ ਦੇ ਵਿੱਚ ਲਿਜਾਣ ਲਈ, ਜਦੋਂ ਮੈਂ ਚੈਪਟਰ ਪੜ੍ਹਦਾ ਵਾਂ ਮੂਸਾ ਦੇ ਬਾਰੇ, ਜਦੋਂ ਮੈਂ ਦੇਖਦਾ ਤਾਂ ਮੈਨੂੰ ਆਪਣੀ ਇੱਕ ਛਵੀ ਨਜ਼ਰ ਆਉਂਦੀ ਆ, ਵੀ ਇਸੇ ਤਰ੍ਹਾਂ ਤੁਹਾਨੂੰ ਮੈਂ ਪਾਪ ਚੋਂ ਲੈ ਕੇ ਬਾਹਰ ਨਿਕਲਿਆ, ਮਿਸਰ ਚੋਂ ਲੈ ਕੇ ਬਾਹਰ ਨਿਕਲਿਆ ਵਾਂ, ਵੀ ਤੁਹਾਨੂੰ ਇਸਰਾਇਲ ਦੇ ਵਿੱਚ ਪਹੁੰਚਾਉਣਾ, ਸਵਰਗ 'ਚ ਪਹੁੰਚਾਉਣਾ ਵਾ। ਤੇ ਮੈਂ ਪਰਮੇਸ਼ੁਰ ਅੱਗੇ ਇੱਕੋ ਹੀ ਦੁਆ ਮੰਗਦਾ, ਪਰਮੇਸ਼ੁਰ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ, ਨਾ ਮੇਰੀ ਕਲੀਸਿਆ ਤੋਂ, ਵੀ ਇਹ ਤੇਰੇ ਸਵਰਗ ਰਾਜ 'ਚ ਪਹੁੰਚਣ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ, ਇਹ ਲੋਕ ਸਵਰਗ ਰਾਜ 'ਚ ਪਹੁੰਚਣ, ਇਹ ਲੋਕ ਸਵਰਗ ਰਾਜ 'ਚ ਪਹੁੰਚਣ। ਹਾਲੇਲੂਇਆ ਹਾਲੇਲੂਇਆ। ਮੇਰੀ ਦੌੜ ਤੁਹਾਨੂੰ ਕੈਨੇਡਾ, ਅਮਰੀਕਾ, ਇੰਗਲੈਂਡ 'ਚ ਪਹੁੰਚਾਉਣ ਦੇ ਨਾਲ ਨਹੀਂ ਆ। ਮੇਰਾ ਜਿਹੜਾ ਮਕਸਦ ਆ, ਜਿੱਦਾਂ ਮੂਸਾ ਦਾ ਮਕਸਦ ਸੀਗਾ ਵੀ ਕਨਾਨ ਦੇਸ਼ 'ਚ ਪਹੁੰਚਾਉਣਾ, ਮੇਰਾ ਮਕਸਦ ਹੈ ਤੁਹਾਨੂੰ ਮਿਸਰ 'ਚੋਂ ਕੱਢ ਲਿਆ। ਪਾਪ ਇਹ ਦੁਨੀਆ ਮਿਸਰ ਆ, ਇੱਥੋਂ ਤੁਹਾਡੀ ਤੁਸੀਂ ਕੂਚ ਕਰ ਰਿਹਾ ਸਵਰਗ ਵੱਲ ਜਾਣ ਨੂੰ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਪਾਂ ਮਿਸਰ 'ਚੋਂ ਨਿਕਲ ਚੁੱਕੇ ਹਾਂ, ਅਤੇ ਹੁਣ ਆਪਾਂ ਸਵਰਗ 'ਚ ਜਾਣਾ ਵਾ, ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ, ਸੋਨੇ ਦੀਆਂ ਸੜਕਾਂ, ਅਤੇ ਪਰਮੇਸ਼ੁਰ ਦੇ ਸਿੰਘਾਸਨ 'ਤੇ ਬੈਠੋਗੇ, ਪਰਮੇਸ਼ੁਰ ਦੇ ਨਾਲ, ਪਰਮੇਸ਼ੁਰ ਦੇ ਨਾਲ, ਯਿਸੂ ਮਸੀਹ ਦੇ ਨਾਲ। ਜਿੱਦਾਂ ਮਿਸਰ ਚੋਂ ਨਿਕਲੇ, ਰਾਸਤੇ ਵਿੱਚ ਗੁਨਾਹ ਕੀਤੇ, ਪਾਪ ਕੀਤੇ, ਤੁਰਦੇ ਤੇ ਜਾ ਰਹੇ ਆ ਨਾਲ ਮੂਸਾ ਦੇ, ਮਗਰ ਮਗਰ ਤਾਂ ਚੱਲਦੇ ਆ, ਸੋਨੇ ਦਾ ਬਛੜਾ ਬਣਾ ਲੈਂਦੇ ਆ, ਬੁੜ 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 ਕਰਦੇ ਆ, ਆਪਣੇ ਦਾਸ 'ਤੇ ਕੁੜ ਕੁੜ ਕਰਦੇ ਆ, ਸੰਗਤ ਵਿੱਚ ਆਪਸੀ ਪ੍ਰੇਮ ਨਹੀਂ ਬਣਦਾ, ਲੜਦੇ ਆ, ਝਗੜਦੇ ਆ, ਬਪਤਿਸਮਾ ਲੈਣ ਤੋਂ ਬਾਅਦ ਤੌਬਾ ਕਰਦੇ ਆ, ਸਾਰਿਆਂ ਨੇ ਬਪਤਿਸਮਾ ਲੈ ਲਿਆ, ਲਾਲ ਸਮੁੰਦਰ ਦੇ ਵਿੱਚ ਜਦੋਂ ਲੰਘ ਗਏ ਆ, ਫਿਰ ਪਾਪ ਗੁਨਾਹ ਕਰਦੇ ਆ, ਅਤੇ 23,000 ਲੋਕ, 23,000 ਲੋਕ ਧਰਤੀ 'ਚ ਧੱਸ ਗਏ, ਕਈਆਂ ਦੇ ਵਿੱਚ ਅਗਨੀ ਸਾਪ ਪਾਏ, ਤਾਂ ਡੰਗ ਨਾਲ ਮਰ ਗਿਆ, ਜ਼ਹਿਰ ਨਾਲ ਮਰ ਗਿਆ। ਅੱਜ ਇੱਦਾਂ ਹੀ ਕਲੀਸੀਆ ਦੇ ਵਿੱਚ ਆ, ਅੱਜ ਵੀ ਤੁਸੀਂ ਮਿਸਰ 'ਚੋਂ ਨਿਕਲੇ ਹੋਏ ਆ, ਅਤੇ ਸਵਰਗ ਵੱਲ ਜਾਣਾ ਜਿੱਥੇ ਯਿਸੂ ਮਸੀਹ ਨੇ ਪ੍ਰੋਮਿਸ ਕੀਤਾ, ਪ੍ਰੋਮਿਸ ਲੈਂਡ ਆ। ਪਹਿਲਾਂ ਮਿਸਰ ਤੋਂ ਨਿਕਲ ਕੇ ਇਜ਼ਰਾਇਲ ਪ੍ਰੋਮਿਸ ਲੈਂਡ ਸੀ, ਹੁਣ ਧਰਤੀ ਤੋਂ ਨਿਕਲ ਕੇ ਸਵਰਗ ਪ੍ਰੋਮਿਸ ਲੈਂਡ ਆ, ਜਿਹੜਾ ਪਰਮੇਸ਼ੁਰ ਨੇ ਕੀਤਾ ਵੀ ਮੈਂ ਆਪਣੇ ਨਾਲ ਆਪਣੇ ਸਿੰਘਾਸਨ 'ਤੇ ਤੁਹਾਨੂੰ ਬਿਠਾਵੇਗਾ, ਜਿਹੜਾ ਜਿੱਤੇਗਾ, ਜਿਹੜਾ ਜਿੱਤੇਗਾ ਮੇਰੇ ਨਾਲ ਪਰਮੇਸ਼ੁਰ ਦੇ ਨਾਲ ਸਿੰਘਾਸਨ ਉੱਤੇ ਬੈਠੇਗਾ। ਇਹ ਪਰਮੇਸ਼ੁਰ ਨੇ ਪ੍ਰੋਮਿਸ ਕੀਤਾ ਆਪਣੇ ਪ੍ਰੇਮੀਆਂ ਦੇ ਨਾਲ, ਆਪਣੇ ਲੋਕਾਂ ਦੇ ਨਾਲ, ਆਪਣੇ ਵਿਸ਼ਵਾਸੀਆਂ ਦੇ ਨਾਲ। ਹਾਲੇਲੂਇਆ। ਤੁਸੀਂ ਤਿਆਰ ਹੋ? ਆਰ ਯੂ ਰੈਡੀ ਸਿੰਘਾਸਨ ਦੇ ਉੱਤੇ ਬੈਠਣ ਲਈ? ਜਿਹੜੀਆਂ ਗਲਤੀਆਂ ਮਿਸਰ ਦੇ ਵਿੱਚੋਂ ਨਿਕਲਦੇ ਇਸਰਾਇਲੀਆਂ ਨੇ ਕੀਤੀਆਂ, ਆਪਾਂ ਨਹੀਂ ਕਰਨੀਆਂ। ਸੋਨੇ ਦਾ ਬਛੜਾ ਨਹੀਂ ਬਣਾਉਣਾ, ਗੁਨਾਹ ਨਹੀਂ ਕਰਨਾ, ਕੁੜ ਕੁੜ ਨਹੀਂ ਕਰਨਾ। ਮੰਨਾ ਮਿਲਦਾ ਉਹਨੂੰ ਖਾਈ ਜਾਓ, ਪਰ ਉਹਦੇ ਲਈ ਇਹ ਨਾ ਕਹੋ ਇਹ ਮੰਨਾ ਖਾ ਖਾ ਕੇ ਸਾਡਾ ਮਨ ਨੱਕ ਗਿਆ, ਵਚਨ ਸੁਣ ਸੁਣ ਕੇ ਸਾਡਾ ਮਨ ਨੱਕ ਗਿਆ, ਗਵਾਹੀਆਂ ਸੁਣ ਸੁਣ ਕੇ ਸਾਡਾ ਮਨ ਨੱਕ ਗਿਆ, ਭਜਨ ਸੁਣ ਸੁਣ ਕੇ ਸਾਡਾ ਮਨ ਅੱਕ ਗਿਆ। ਇਹ ਆਤਮਿਕ ਭੋਜਨ ਆ, ਆਤਮਿਕ ਮੰਨਾ ਤੁਹਾਨੂੰ ਮਿਲ ਰਿਹਾ। ਅੱਜ ਵੀ ਉਹੀ ਚੀਜ਼ ਆ, ਮਿਸਰ 'ਚੋਂ ਨਿਕਲਣਾ, ਦੁਨੀਆ ਮਿਸਰ ਆ, ਇਹ ਪਾਪ ਆ, ਪਾਪ ਪਾਪ ਮਿਸਰ ਨੂੰ ਦਰਸਾਉਂਦਾ। ਮਿਸਰ 'ਚੋਂ ਤੁਹਾਨੂੰ ਪਰਮੇਸ਼ੁਰ ਨੇ ਗੁਲਾਮੀ 'ਚੋਂ ਕੱਢਿਆ, ਯਿਸੂ ਮਸੀਹ ਨੇ ਆਪਣੇ ਦਾਸਾਂ ਦੇ ਦੁਆਰਾ, ਆਪ ਯਿਸੂ ਮਸੀਹ ਨੇ ਆਪਣਾ ਬਲੱਡ ਤੁਹਾਡੇ ਲਈ ਵਹਾਇਆ, ਤੁਹਾਨੂੰ ਮਿਸਰ 'ਚੋਂ ਕੱਢਣ ਲਈ। ਅੱਜ ਤੁਸੀਂ ਮਿਸਰ 'ਚੋਂ ਨਿਕਲ ਚੁੱਕੇ ਹੋ, ਆਪਣਾ ਸਫ਼ਰ ਤੈਅ ਕਰ ਰਹੇ ਹੋ, ਸਵਰਗ ਵੱਲ ਨੂੰ ਤੁਰ ਰਹੇ ਹੋ, ਤੁਸੀਂ ਚੱਲ ਰਹੇ ਹੋ, ਕਿਸੇ ਨੂੰ 20 ਸਾਲ ਹੋ ਗਿਆ, ਕਿਸੇ ਨੂੰ 5 ਸਾਲ, ਕਿਸੇ ਨੂੰ 3 ਮਹੀਨੇ, ਕਿਸੇ ਨੂੰ 2 ਦਿਨ ਹੋਇਆ ਚੱਲਦੇ ਨੂੰ, ਅੱਜ ਤੁਸੀਂ ਮੇਰੇ ਨਾਲ, ਮੈਂ ਤੁਹਾਨੂੰ ਮਿਸਰ ਵੱਲ ਤੋਂ ਕੱਢ ਕੇ ਸਵਰਗ ਵੱਲ ਲਿਜਾ ਰਿਹਾ, ਪਰ ਪਰਮੇਸ਼ੁਰ ਨਾਲ ਬਣੇ ਰਹੋ, ਪਰਮੇਸ਼ੁਰ ਦੇ ਵਚਨ 'ਤੇ ਚੱਲਦੇ ਰਹੋ, ਜੋ ਪਰਮੇਸ਼ੁਰ ਨੇ ਹੁਕਮ ਦਿੱਤੇ ਉਹਨੂੰ ਫੋਲੋ ਕਰੋ, ਤਾਂ ਤੁਸੀਂ ਸਵਰਗ 'ਚ ਪਹੁੰਚ ਜਾਓਗੇ, ਉਹ ਸਿੰਘਾਸਨ ਉੱਤੇ ਬੈਠੋਗੇ ਜਿਹੜਾ ਸਿੰਘਾਸਨ ਤੁਹਾਡੇ ਲਈ ਆ, ਜਿਹੜਾ ਮਿਸਰ ਤੋਂ ਬਾਹਰ ਆਇਆ ਤੇ ਤੁਹਾਨੂੰ ਪ੍ਰੋਮਿਸ ਲੈਂਡ ਪਰਮੇਸ਼ੁਰ ਨੇ ਦਿੱਤਾ, ਉਸ ਲੈਂਡ 'ਚ ਤੁਸੀਂ ਐਂਟਰੀ ਕਰੋਗੇ ਯਿਸੂ ਦੇ ਨਾਮ ਤੇ। ਆਮੇਨ। ਹਾਲੇਲੂਇਆ ਹਾਲੇਲੂਇਆ। ਕਿੰਨੇ ਲੋਕ ਚਾਹੁੰਦੇ ਉਸ ਪ੍ਰੋਮਿਸ ਲੈਂਡ 'ਚ ਜਾਣਾ? ਹਾਲੇਲੂਇਆ ਹਾਲੇਲੂਇਆ। ਚਾਹੁੰਦੇ ਤਾਂ ਸਾਰੇ ਜਣੇ ਹੀ ਆ, ਪਰ ਉਹ 'ਚ ਸ਼ਰਾਬੀ ਨਹੀਂ ਜਾ ਸਕਦਾ, ਗਾਲਾਂ ਕੱਢਣ ਵਾਲਾ ਨਹੀਂ ਜਾ ਸਕਦਾ, ਆਪਣੀ ਜਨਾਨੀ ਨੂੰ ਕੁੱਟਣ ਵਾਲਾ, ਜਾਂ ਜਨਾਨੀ ਆਪਣੇ ਬੰਦੇ ਨੂੰ ਕੁੱਟਦੀ ਹੋਵੇ, ਜਾਂ ਗਾਲ ਮੰਦਾ ਕੱਢਦੀ ਹੋਵੇ, ਚੁਗਲੀ ਕਰਦੀ ਹੋਵੇ, ਹੋਰ ਇੱਦਾਂ ਦੇ ਕਈ ਗਲਤ ਕੰਮ ਕਰਦੇ ਹੋ, ਤਾਂ ਪ੍ਰੋਮਿਸ ਲੈਂਡ 'ਚ ਤੁਸੀਂ ਐਂਟਰੀ ਨਹੀਂ ਕਰ ਸਕਦੇ। ਹਾਲੇਲੂਇਆ ਹਾਲੇਲੂਇਆ।
ਮੂਸਾ ਕਹਿੰਦਾ ਪਰਮੇਸ਼ਰ ਮੈਨੂੰ ਆਪਣਾ ਕੀ ਦਿਖਾ, ਜਲਾਲ ਦਿਖਾ। ਮੂਸਾ ਜਲਾਲ ਮੰਗਦਾ। ਅੱਜ ਦਾ ਵਿਸ਼ਵਾਸੀ ਕੀ ਸਮਝਦਾ? ਅੱਜ ਦਾ ਵਿਸ਼ਵਾਸੀ ਯਿਸੂ ਮਸੀਹ ਨੂੰ ਪਤਾ ਕੀ ਸਮਝਦਾ? ਵੀ ਯਿਸੂ ਮਸੀਹ ਅੱਲਾ ਦੀਨ ਆ, ਵੀ ਯਿਸੂ ਮਸੀਹ ਚਿਰਾਗ ਆ। ਚਿਰਾਗ ਨੂੰ ਕਿਸ ਨਾਲ ਯਿਸੂ ਮਸੀਹ ਨੂੰ ਆਪਾਂ ਪਤਾ ਕੀ ਸਮਝਦੇ ਹਾਂ? ਵੀ ਚਿਰਾਗ ਮਿਲ ਗਿਆ ਸਾਨੂੰ। ਯਿਸੂ ਮਸੀਹ ਹਾਜ਼ਰ ਹੋ, ਯਿਸੂ ਮਸੀਹ ਹਾਜ਼ਰ ਹੋ ਕੇ ਹੁਕਮ ਮੇਰੇ ਆਕਾ। ਯਿਸੂ ਮਸੀਹ ਜੀ ਸਾਡਾ ਕਨੇਡਾ ਦਾ ਵੀਜ਼ਾ ਲਵਾ ਦਿਓ। ਲਓ ਮੇਰੇ ਆਕਾ, ਲਓ ਜੀ ਕਨੇਡਾ ਦਾ ਵੀਜ਼ਾ ਲੱਗ ਗਿਆ। ਹੈਂ ਉਹ ਯਿਸੂ ਮਸੀਹ, ਆਹੋ ਸਹੀ ਗੱਲ ਆ। ਚਿਰਾਗ ਨੂੰ ਘਿਸਦੇ ਆ, ਇਹਨੂੰ ਤੁਸੀਂ ਚਿਰਾਗ ਸਮਝਦੇ ਆ, ਇਹਨੂੰ ਕਿਸੋ? ਯਿਸੂ ਮਸੀਹ ਹਾਜ਼ਰ ਹੋ ਜਾਂਦਾ, ਇਹ ਚਿਰਾਗ ਨਹੀਂ ਆ। ਯਿਸੂ ਮਸੀਹ ਜਿੰਮੀ ਨਹੀਂ ਆ। ਵੀ ਜੇ ਇਹਨੂੰ ਤੁਸੀਂ ਅੱਲਾ ਦਿਨ ਦਾ ਚਿਰਾਗ ਸਮਝਦੇ, ਘਿਸ ਲਓ ਤਾਂ ਯਿਸੂ ਮਸੀਹ ਹਾਜ਼ਰ ਹੋ ਗਿਆ। ਯਿਸੂ ਮਸੀਹ ਜੀ ਹੁਣ ਤੁਹਾਡੇ ਪੈਸਿਆਂ ਦੀ ਲੋੜ ਹੈ, ਪੈਸੇ ਦੇ ਦੇ। ਯਿਸੂ ਮਸੀਹ ਜੀ ਮੁੰਡੇ ਦੀ ਲੋੜ ਹੈ, ਮੁੰਡਾ ਦੇ ਦੇ। ਯਿਸੂ ਮਸੀਹ ਜੀ ਵੀਜ਼ੇ ਦੀ ਲੋੜ ਹੈ, ਵੀਜ਼ਾ। ਘਰ ਦੀ ਲੋੜ ਹੈ, ਘਰ। ਉਹ ਯਿਸੂ ਮਸੀਹ ਅੱਲਾ ਦਿਨ ਦਾ ਚਿਰਾਗ ਨਹੀਂ ਆ, ਉਹ ਜ਼ਮੀਨ ਅਸਮਾਨ ਦਾ ਮਾਲਕ ਆ। ਉਹ ਕਿਸੇ ਨਾਲ ਨਹੀਂ, ਉਹ ਤੁਹਾਡੀ ਆਤਮਾ ਦੇ ਨਾਲ ਆਉਂਦਾ। ਜਦੋਂ ਤਨੋ ਮਨੋ ਦੁਆ ਕਰਦੇ ਆ, ਪਰਮੇਸ਼ਵਰ ਤੁਹਾਨੂੰ ਦੁਨੀਆ ਦੀਆਂ ਨਹੀਂ, ਸਵਰਗ ਦੀਆਂ ਬਰਕਤਾਂ ਦੇਵੇਗਾ, ਸਵਰਗ ਦੀ ਬਲੈਸਿੰਗ ਦੇਵੇਗਾ, ਸਵਰਗ ਦੀ ਆਸ਼ੀਸ਼ ਦੇਵੇਗਾ, ਸਵਰਗ ਦੀ ਬਲੈਸਿੰਗ ਦੇਵੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤਾਰੀਫ ਕਰੋ ਪ੍ਰਭੂ ਯਿਸੂ ਮਸੀਹ ਦੇ ਲਈ। ਹਾਲੇਲੂਇਆ। ਅੱਜ ਲੋਕ ਕੀ ਸਮਝਦੇ ਆ? ਵੀ ਯਿਸੂ ਮਸੀਹ ਇੱਕ ਅੱਲਾ ਦੀਨ ਦਾ ਚਿਰਾਗ ਆ। ਵੀ ਚਰਚ 'ਚ ਜਾ ਕੇ ਕੁਛ, ਉਹ ਯਿਸੂ ਮਸੀਹ ਜੀ, ਯਿਸੂ ਮਸੀਹ ਜੀ ਮੈਂ ਆ ਗਈ, ਪਹਿਲੇ ਐਤਵਾਰ ਚਰਚ ਆ ਗਈ, ਬਸ ਹੁਣ ਤੂੰ ਪ੍ਰਭੂ ਯਿਸੂ ਮਸੀਹ ਜੀ ਸਾਨੂੰ ਕਰਜ਼ੇ ਤੋਂ ਯਾਦ ਕਰ ਦੇ। ਉਹ ਯਿਸੂ ਮਸੀਹ ਕਿਤੇ ਜਿੰਮੀ ਥੋੜ੍ਹਾ ਵਾ, ਅੱਲਾ ਦੀਨ ਦਾ ਚਿਰਾਗ ਥੋੜ੍ਹਾ, ਵੀ ਘਸਣ ਦੇ ਨਾਲ ਯਿਸੂ ਮਸੀਹ ਹਾਜ਼ਰ ਹੋ ਜਾਊਗਾ। ਮੇਰੇ ਭੈਣੋ ਅਤੇ ਭਰਾਵੋ, ਇਹ ਦਿਮਾਗ 'ਚੋਂ ਕੱਢ ਦਿਓ, ਇਹ ਦਿਮਾਗ ਦੇ ਵਿੱਚੋਂ ਵਿਚਾਰ ਕੱਢ ਦਿਓ ਵੀ ਬਸ ਜੀ 2 ਮਿੰਟ ਬੈਠਾਂਗੇ ਗੋਡੇ 'ਤੇ। ਹਾਲੇ ਵੀ ਯਿਸੂ ਮਸੀਹ ਜੀ, ਬਸ ਹੁਣ ਤੂੰ ਹੀ ਆ ਪ੍ਰਭੂ ਜੀ, ਕਰ ਦਿਆ ਕੰਮ। ਉਹ ਯਿਸੂ ਮਸੀਹ ਦੁਨਿਆਵੀ ਕੰਮ ਨਹੀਂ ਕਰਦਾ। ਅੱਜ ਅਸੀਂ ਸ਼ਿਫਾ ਦੇ ਮਗਰ ਦੌੜਦੇ ਹਾਂ। ਸ਼ਿਫਾ ਚਾਹੀਦੀ ਸਾਨੂੰ, ਸ਼ਿਫਾ ਚਾਹੀਦੀ ਆ, ਸ਼ਿਫਾ ਚਾਹੀਦੀ ਆ ਸਾਨੂੰ, ਸ਼ਿਫਾ ਚਾਹੀਦੀ ਆ। ਉਹ ਸ਼ਿਫਾ ਦੇ ਮਗਰ ਨਾ ਦੌੜੋ, ਸ਼ਾਫੀ ਮਗਰ ਦੌੜੋ ਜਿਹੜਾ ਸ਼ਿਫਾ ਦਿੰਦਾ। ਜਦੋਂ ਸ਼ਾਫੀ ਨੂੰ ਫੜ ਲਉਂਗੇ, ਤੁਹਾਡੇ ਅੰਦਰ ਸ਼ਿਫਾ ਆ ਜਾਊਗੀ, ਤੁਹਾਡੇ ਅੰਦਰ ਚੰਗਿਆਈ ਆ ਜਾਊਗੀ, ਜਦੋਂ ਚੰਗਿਆਈ ਦੇਣ ਵਾਲੇ ਨੂੰ ਫੜ ਲਉਂਗੇ। ਹਾਲੇਲੂਇਆ, 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 ਹਾਲੇਲੂਇਆ। ਅੱਜ ਅਸੀਂ ਚੰਗਿਆਈ ਦੇ ਮਗਰ ਦੌੜਦੇ ਹਾਂ। ਅੱਜ ਸਾਰੀ ਦੁਨੀਆ ਕਮਲੀ ਕਿਉਂ ਹੋਈ ਪਈ ਆ? ਉਹ ਯਾਰ ਸਾਨੂੰ ਪਤਾ ਲੱਗਾ ਉੱਥੇ ਕੋਈ ਪਾਸਟਰ ਆ, ਉਹ ਚੰਗੇ ਹੁੰਦੇ, ਉਹ ਲੰਗੜੇ ਤੁਰਦੇ, ਚਲੋ ਉਸ ਚਰਚ ਦੌੜ ਜਾਂਦੇ ਆ। ਉਹ ਜਿੱਥੇ ਮਰਜ਼ੀ ਚਲ ਜਾਓ, ਕੰਮ ਯਿਸੂ ਮਸੀਹ ਨੇ ਕਰਨਾ, ਕੰਮ ਯਿਸੂ ਮਸੀਹ ਨੇ ਕਰਨਾ। ਪਰ ਇੱਕ ਚੀਜ਼ ਨੂੰ ਦਿਮਾਗ 'ਚ ਰੱਖੋ, ਚੰਗਿਆਈ ਪਿੱਛੇ ਨਾ ਦੌੜੋ, ਚੰਗਿਆਈ ਪਿੱਛੇ ਨਾ ਦੌੜੋ, ਸ਼ਿਫਾ ਪਿੱਛੇ ਨਾ ਦੌੜੋ, ਸ਼ਾਫੀ ਪਿੱਛੇ ਦੌੜੋ। ਕਿਹਦੇ ਪਿੱਛੇ? ਸ਼ਾਫੀ ਦੇ ਪਿੱਛੇ। ਸ਼ਾਫੀ ਕੌਣ ਆ? ਪ੍ਰਭੂ ਯਿਸੂ ਮਸੀਹ। ਅੱਜ ਲੋਕ ਚੰਗਿਆਈ ਮੰਗਦੇ, ਯਿਸੂ ਮਸੀਹ ਜੀ ਮੇਰੇ ਗੋਡਿਆਂ ਦੀ ਗਰੀਸ ਆ ਜਾਵੇ, ਯਿਸੂ ਮਸੀਹ ਜੀ ਮੇਰੀ ਬਿਮਾਰੀ ਆ ਜਾਵੇ, ਬਾਹਰ ਬਸ ਪੱਥਰੀ ਗਾਇਬ ਹੋ ਜਾਵੇ, ਬਸ ਪ੍ਰਭੂ ਯਿਸੂ ਮਸੀਹ ਜੀ ਅੱਖਾਂ ਦੀ ਲਾਈਟ ਵੱਧ ਜਾਵੇ। ਉਹ ਯਿਸੂ ਮਸੀਹ ਕਹਿੰਦਾ ਤੇਰੀ ਅੱਖਾਂ ਦੀ ਲਾਈਟ ਕਿਉਂ ਵਧਾਵਾਂ? ਤੂੰ ਕਿਹੜਾ ਮੇਰਾ ਜਲਾਲ ਦੇਖਣਾ? ਤੂੰ ਤਾਂ ਗੰਦੀਆਂ ਫਿਲਮਾਂ ਹੀ ਦੇਖਣੀਆਂ। ਪ੍ਰਭੂ ਜੀ ਮੇਰੇ ਕੰਨਾਂ ਤੋਂ ਉੱਚਾ ਸੁਣਦਾ, ਮੇਰੇ ਕੰਨਾਂ ਦੀ ਲਾਈਟ ਨੂੰ, ਮੇਰੀ ਆਵਾਜ਼ ਨੂੰ ਵਧਾ ਦੇ ਪ੍ਰਭੂ, ਮੈਂ ਉੱਚਾ ਸੁਣਦਾ, ਜਿਹੜਾ ਮੈਨੂੰ ਸਹੀ ਸੁਣਨ ਲੱਗ ਪਏ। ਯਿਸੂ ਮਸੀਹ ਕਹਿੰਦਾ ਕਿਉਂ ਤੇਰੇ ਕੰਨਾਂ ਨੂੰ ਮੈਂ ਵਧਾਵਾਂ? ਕਾਹਤੋਂ ਤੂੰ ਸਹੀ ਸੁਣੇ? ਸੁਣਨੇ ਤਾਂ ਗੰਦੇ ਗਾਣੇ ਹੀ ਆ। ਤੂੰ ਕਿਹੜਾ ਮੇਰੇ ਜਲਾਲ ਨੂੰ ਸੁਣਨਾ? ਤੂੰ ਕਿਹੜਾ ਮੇਰੀ ਮਹਿਮਾ ਨੂੰ ਸੁਣਨਾ? ਹਾਲੇਲੂਇਆ, ਹਾਲੇਲੂਇਆ। ਅੱਜ ਮੇਰੇ ਭੈਣੋ ਤੇ ਭਰਾਵੋ, ਜਲਾਲ ਪਰਮੇਸ਼ਵਰ ਦਾ ਇਨਕਾਊਂਟਰ ਕਰੋ, ਪਰਮੇਸ਼ਵਰ ਦਾ ਫੇਸ ਟੂ ਫੇਸ ਮਿਲੋ। ਮੂਸਾ ਪਰਮੇਸ਼ਵਰ ਨੂੰ ਮਿਲਿਆ ਫੇਸ ਟੂ ਫੇਸ। ਕਹਿੰਦਾ ਮੂਸਾ ਪਰਮੇਸ਼ਵਰ ਨੇ ਇੱਦਾਂ ਗੱਲ ਕਰਦਾ ਜਿੱਦਾਂ ਕੋਈ ਮਿੱਤਰ ਇੱਕ ਦੂਜੇ ਨਾਲ ਆਹਮੋ ਸਾਹਮਣੇ ਗੱਲਬਾਤ ਕਰਦਾ ਹੋਵੇ। ਅੱਜ ਅਸੀਂ ਪਰਮੇਸ਼ਵਰ ਨੂੰ ਬਸ ਇੰਨਾ ਕੁ ਰੱਖਦੇ ਹਾਂ, ਬਸ ਦੁੱਖ ਆ ਗਿਆ ਤਾਂ ਯਿਸੂ ਮਸੀਹ ਦਾ ਧੰਨਵਾਦ ਬਹੁ। ਪ੍ਰਭੂ ਯਿਸੂ ਮਸੀਹ ਜੀ ਮੇਰੀ ਮਾਂ ਬਿਮਾਰ ਹੋ ਗਈ, ਮਰਨੀ ਨਹੀਂ ਚਾਹੀਦੀ, ਜੇ ਮਾਂ ਮਰ ਗਈ ਤਾਂ ਮੈਂ ਯਿਸੂ ਮਸੀਹ ਜੀ ਨਹੀਂ ਹੁਣ ਤੈਨੂੰ ਮੰਨਣਾ। ਇਹ ਕੀ ਗੱਲ ਹੋ ਗਈ? ਲੋਕ ਵੀ ਮਰਦੇ ਹੀ ਆ। ਅੱਜ 2 ਐਤਵਾਰ ਜਾ ਕੇ ਦੇਖਣਾ, ਜੇ ਤਾਂ ਮੇਰੇ ਢਿੱਡ ਦੀ ਦਰਦ ਠੀਕ ਹੋ ਗਈ ਤਾਂ ਮੈਂ ਜਾਇਆ ਕਰੂੰਗੀ, ਨਹੀਂ ਤਾਂ ਨਹੀਂ ਭਰਾਵਾ ਮੈਂ ਨਹੀਂ ਜਾਣਾ। ਉਹ ਜਿਹੜੇ ਦੂਜੇ ਲੋਕ ਦਰਦਾਂ ਨਾਲ ਉਹ ਵੀ ਤੜਫਦੇ ਆ, ਹੋਸਪਿਟਲਾਂ 'ਚ ਟੀਕੇ ਲਵਾਉਣ ਦੇ ਬਾਵਜੂਦ ਵੀ ਦਰਦ ਨਾਲ ਬੰਦਾ ਤੜਫਦਾ, ਤਾਂ ਉਹ ਤਾਂ ਡਾਕਟਰਾਂ ਨੂੰ ਕਹਿੰਦਾ ਨਹੀਂ ਵੀ ਮੈਂ ਚੱਲਾਂ ਡਾਕਟਰ ਸਾਹਿਬ ਘਰ ਨੂੰ ਉੱਥੇ। ਨਹੀਂ ਜੀ ਨਹੀਂ, ਸਾਡਾ ਘਰ ਵੀ ਵੇਖ ਜਾਵੇ ਬੰਦੇ ਨੂੰ ਠੀਕ ਕਰੋ, ਸਾਡਾ ਪਰਿਵਾਰ ਵੀ ਵੇਖ ਜਾਵੇ ਬੰਦੇ ਨੂੰ ਠੀਕ ਕਰੋ। ਡਾਕਟਰ ਕਹਿੰਦੇ ਸਾਡੇ ਹੱਥ ਖੜੇ ਆ, ਰੱਬ ਹੀ ਚੰਗਾ ਕਰੂਗਾ। ਅਤੇ ਇੱਥੇ ਵੀ ਰੱਬ ਨੇ ਚੰਗਾ ਕਰਨਾ, ਪਾਸਟਰ ਨੇ ਨਹੀਂ ਕਰਨਾ, ਪਰ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ। ਜੇ ਤੁਸੀਂ ਘਰੋਂ ਸੋਚ ਕੇ ਹੋਣੇ ਆ, ਉਹ ਚਲੋ ਦੇਖ ਲੈਂਦੇ ਹਾਂ, ਜਾ ਕੇ ਦੇਖ ਲੈਂਦੇ ਹਾਂ। ਜੇ ਦੇਖਣਾ ਹੈ ਤਾਂ ਦੇਖਦੇ ਰਹਿ ਜਾਊਂਗੇ, ਦੇਖਣ ਨਾ ਆਓ, ਆਪਣੇ ਆਪ ਨੂੰ ਪਰਮੇਸ਼ਵਰ ਨੂੰ ਦਿਖਾਉਣ ਆਓ। ਪਰਮੇਸ਼ਵਰ ਤੂੰ ਵੀ ਮੈਨੂੰ ਆਪਣੇ ਸਰੂਪ 'ਤੇ ਬਣਾਇਆ, ਮੈਂ ਵੀ ਤੇਰੀ ਬਣਾਈ ਹੋਈ ਆ, ਤੇਰੇ ਹੱਥਾਂ ਦਾ ਬਣਾਇਆ ਹੋਇਆ। ਜੇ ਤੇਰੇ 'ਚ ਕੋਈ ਬਿਮਾਰੀ ਨਹੀਂ ਤਾਂ ਮੇਰੇ 'ਚ ਵੀ ਕੋਈ ਬਿਮਾਰੀ ਨਹੀਂ ਰਹਿਣੀ ਚਾਹੀਦੀ। ਉਸੇ ਸਮੇਂ ਪਰਮੇਸ਼ਵਰ ਤੁਹਾਨੂੰ ਚੰਗਾ ਕਰੇਗਾ, ਕਿਉਂਕਿ ਉਹਦੇ ਸਰੂਪ 'ਤੇ ਤੁਸੀਂ ਉਹਦੇ ਸਰੂਪ 'ਤੇ ਬਣਾਏ ਗਏ ਆ। ਫਿਰ ਉਹਦਾ ਜਲਾਲ ਤੁਹਾਡੇ ਉੱਤੇ ਆਵੇਗਾ, ਉਹਦਾ ਮਸਾ ਤੁਹਾਡੇ ਉੱਤੇ ਆਵੇਗਾ। ਹਾਲੇਲੂਇਆ, 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 ਹਾਲੇਲੂਇਆ। ਜਦੋਂ ਮਿਸਰ 'ਚੋਂ ਨਿਕਲੇ 40 ਸਾਲ ਰਾਸਤੇ 'ਚ ਲੱਗੇ, ਉਹਨਾਂ ਨੂੰ ਕਿੰਨੇ ਸਾਲ ਲੱਗੇ ਆ? ਨਾ ਹੀ ਕਿਸੇ ਦੀ ਜੁੱਤੀ ਟੁੱਟੀ, ਨਾ ਹੀ ਅੱਖਾਂ ਦੀ ਲਾਈਟ ਘਟੀ, ਨਾ ਹੀ ਕਿਸੇ ਨੂੰ ਕੋਈ ਬਿਮਾਰੀ ਲੱਗੀ। ਬਾਈਬਲ 'ਚ ਪੜ੍ਹਿਆ ਤੁਸੀਂ ਕਿਸੇ ਨੂੰ? ਮੂਸਾ ਦੀ ਲਾਈਟ ਘਟ ਗਈ ਹੋਵੇ ਅੱਖਾਂ ਦੀ,
ਮੂਸਾ ਦੀ ਜ਼ੁਬਾਨ ਘਟ ਗਈ ਹੋਵੇ, ਕੰਨਾਂ ਤੋਂ ਸੁਣਨ ਉੱਚਾ ਲੱਗ ਪਿਆ ਹੋਵੇ, ਕਹਿੰਦਾ ਕਿਸੇ ਨੂੰ ਕੋਈ ਬਿਮਾਰੀ ਨਹੀਂ ਲੱਗੀ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਜਲਾਲ ਦੇ ਵਿੱਚ ਸੀਗੇ। ਕਾਹਦੇ ਵਿੱਚ ਸੀਗੇ? ਅੱਜ ਬੰਦਾ ਪਰਮੇਸ਼ੁਰ ਦੇ ਜਲਾਲ 'ਚ ਨਹੀਂ ਰਹਿਣਾ ਚਾਹੁੰਦਾ। ਛਤਰੀ ਦੇਖ ਰਹੇ ਹੋ? ਛਤਰੀ ਛਤਰੀ ਦੇਖ ਰਹੇ ਹੋ? ਸ਼ਾਬਾਸ਼। ਮੰਨ ਲਓ ਇਹ ਛਤਰੀ ਆ, ਜਦੋਂ ਬਾਰਿਸ਼ ਪੈਂਦੀ ਆਪਾਂ ਛਤਰੀ ਖੋਲਦੇ ਹਾਂ ਨਾ? ਖੋਲਦੇ ਜਾਂ ਨਹੀਂ ਖੋਲਦੇ? ਕਿਉਂ ਖੋਲਦੇ ਹਾਂ? ਵੀ ਬਾਰਿਸ਼ ਨਾ ਸਾਡੇ ਉੱਤੇ ਪਵੇ, ਪਾਣੀ ਨਾ ਸਾਡੇ ਉੱਤੇ ਪਵੇ, ਇਸ ਲਈ ਖੋਲਦੇ ਹਾਂ। ਅੱਜ ਵੀ ਇੱਦਾਂ ਹੀ ਕਰਦੇ ਆ ਲੋਕ, ਆਪਣੀਆਂ ਜਦੋਂ ਆਤਮਿਕ ਬਾਰਿਸ਼ ਹੁੰਦੀ ਹੈ ਛਤਰੀ ਖੋਲ੍ਹ ਲੈਂਦੇ ਆ। ਪਾਸਟਰਾ ਜਿੰਨਾ ਮਰਜ਼ੀ ਤੂੰ ਜ਼ੋਰ ਲਾ ਲਾ, ਇੱਕ ਵੀ ਬੂੰਦ ਨਹੀਂ ਮੈਂ ਉੱਤੇ ਪੈਣ ਦੇਣੀ, ਮੈਂ ਇੱਦਾਂ ਢੀਠ ਬਣਿਆ ਰਹਿਣਾ, ਮੈਂ ਤਾਂ ਆਪਣੀ ਛਤਰੀ ਖੋਲ੍ਹ ਕੇ ਬੈਠਾ ਵਾਂ, ਮੇਰੇ ਤੇ ਨਹੀਂ ਰੂਹ ਦੀ ਬਾਰਿਸ਼ ਹੋਣੀ ਚਾਹੀਦੀ, ਕਿਉਂਕਿ ਕਿਤੇ ਮੇਰੀ ਸ਼ਰਾਬ ਨਾ ਛੁੱਟ ਜਾਵੇ, ਮੇਰੇ ਚੋਂ ਕਦੇ ਗੰਦੇ ਕੰਮ ਨਾ ਨਿਕਲ ਜਾਣ। ਉਹ ਰੂਹ ਦੀ ਬਾਰਿਸ਼ ਜਦੋਂ ਤੁਹਾਡੇ ਉੱਤੇ ਹੋਊਗੀ, ਤੁਹਾਡੀ ਆਤਮਾ ਦੀ ਧਵਾਈ ਕਰੂਗੀ। ਆਤਮਾ ਜਿਹੜੇ ਅੰਦਰ ਦਾਗ ਸ਼ੈਤਾਨ ਨੇ ਲਾਏ ਹੋਏ ਆ, ਬਿਮਾਰੀ ਦੇ, ਪਰੇਸ਼ਾਨੀ ਦੇ, ਝੂਠ ਦੇ, ਚੋਰੀ ਦੇ, ਗੁਨਾਹ ਦੇ, ਵਿਭਚਾਰ ਦੇ, ਉਹ ਗੁਨਾਹ ਦੇ ਦਾਗ ਇਹ ਰੂਹ ਦੀ ਬਾਰਿਸ਼ ਧੋਂਦੀ ਆ, ਪਰਮੇਸ਼ੁਰ ਦਾ ਵਚਨ ਧੋਂਦਾ, ਉਹਦਾ ਬਲੱਡ ਧੋਂਦਾ। ਹਾਲੇਲੂਇਆ ਹਾਲੇਲੂਇਆ। ਜਦੋਂ ਪਰਮੇਸ਼ੁਰ ਦੇ ਜਲਾਲ 'ਚ ਤੁਸੀਂ ਬਣੇ ਰਹਿੰਦੇ ਆ, ਜਦੋਂ ਉਹਦੇ ਨੋਇੰਟਿੰਗ 'ਚ ਤੁਸੀਂ ਬਣਦੇ ਆ, ਜਦੋਂ ਉਹਦੇ ਮਸੇ ਦੇ ਵਿੱਚ ਤੁਸੀਂ ਬਣਦੇ ਆ, ਫਿਰ ਨਾ ਹੀ ਤੁਹਾਡੀ ਅੱਖਾਂ ਦੀ ਲਾਈਟ ਘਟੂਗੀ, ਨਾ ਹੀ ਤੁਸੀਂ ਛੇਤੀ ਬੁੱਢੇ ਹੋਵੋਗੇ, ਨਾ ਹੀ ਤੁਹਾਨੂੰ ਉੱਚਾ ਸੁਣੂਗਾ, ਨਾ ਹੀ ਤੁਹਾਡੀ ਜ਼ੁਬਾਨ ਦੀ ਜਿਹੜੀ ਗੜਕ ਆ ਇਹ ਵੀ ਨਹੀਂ ਘਟੂਗੀ। ਕਿਉਂ? ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਸੇ ਦੇ ਵਿੱਚ ਆ, ਉਹਦੇ ਜਲਾਲ ਦੇ ਵਿੱਚ ਆ। ਅੱਜ ਤੁਸੀਂ ਸਮਝਦੇ ਜਲਾਲ ਸ਼ਾਇਦ ਪਰਮੇਸ਼ੁਰ ਦਾ ਚਰਚ ਦੇ ਵਿੱਚ ਹੀ ਆ, 24 ਘੰਟੇ ਤੁਹਾਡੇ ਨਾਲ ਜਲਾਲ ਆ, 24 ਘੰਟੇ ਪਰਮੇਸ਼ੁਰ ਦੀ ਹਜ਼ੂਰੀ ਤੁਹਾਡੇ ਨਾਲ ਆ, ਕਿਉਂਕਿ ਪਰਮੇਸ਼ੁਰ ਨੇ ਪ੍ਰੋਮਿਸ ਕੀਤਾ 2 ਜਾਂ 3 ਜਿੱਥੇ ਵੀ ਮੈਂ ਵਾਅਦੇ ਦੇ ਮੁਤਾਬਕ ਉਹਦੇ ਨਾਲ ਹੈ, ਯੁੱਗਾਂ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਉਹ ਨਾਲ ਆ। ਇਹ 2 ਘੰਟੇ ਲਈ ਨਾਲ ਨਹੀਂ ਆ, 24 ਆਵਰਸ 24 ਆਵਰਸ ਪਰਮੇਸ਼ੁਰ ਤੁਹਾਡੇ ਨਾਲ ਆ, 24 ਘੰਟੇ ਪਰਮੇਸ਼ੁਰ ਤੁਹਾਡੇ ਨਾਲ ਆ। ਹਾਲੇਲੂਇਆ 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 ਹਾਲੇਲੂਇਆ। ਮੂਸਾ ਕਹਿੰਦਾ ਪਰਮੇਸ਼ੁਰ ਨੂੰ, ਮੈਨੂੰ ਆਪਣਾ ਜਲਾਲ ਦਿਖਾ, ਪੜੋ ਬੇਟਾ ਦੀ। ਤਾਂ ਉਸ ਆਖਿਆ, ਮੇਰੀ ਹਜ਼ੂਰੀ ਤੇਰੇ ਸੰਗ ਜਾਵੇਗੀ। 14 ਇਹ ਪੜਦੇ ਪਏ ਆ, ਮੇਰੀ ਹਜ਼ੂਰੀ ਤੇਰੇ ਸੰਗ ਜਾਵੇਗੀ ਸੰਗ ਜਾਵੇਗੀ। ਪਰਮੇਸ਼ੁਰ ਕਹਿੰਦਾ ਮੇਰੀ ਹਜ਼ੂਰੀ 24 ਆਵਰਸ ਤੇਰੇ ਨਾਲ ਰਹੂਗੀ। ਅੱਜ ਬੰਦਾ ਜਦੋਂ ਪਾਪ ਗੁਨਾਹ ਕਰਦਾ, ਸੋਚਦਾ ਨਹੀਂ ਪਰਮੇਸ਼ੁਰ ਮੇਰੇ ਨਾਲ ਆ, ਬਸ ਚਰਚ 'ਚ ਹੀ ਸੀਮਤ ਆ। ਅੱਜ ਜਿਹੜੇ ਫੋਰਨ ਦੇ ਵਿੱਚ ਵੀ ਚਰਚ ਆ, ਇੰਗਲੈਂਡ ਹੋ ਗਿਆ, ਕੈਨੇਡਾ, ਅਮੈਰੀਕਾ ਹੋ ਗਿਆ, ਉੱਥੇ ਵੀ ਬਸ ਇਹੀ ਸਮਝਦੇ ਵੀ ਚਰਚ ਅੱਜ ਹੈ, ਸੰਡੇ ਆ, ਚਲੋ ਚਰਚ ਅਟੈਂਡ ਕਰਕੇ ਆਉਂਦੇ ਹਾਂ 2 ਘੰਟੇ ਬਸ, ਜੇ ਤੁਸੀਂ ਆਪਣੇ ਨਾਲ ਜਦੋਂ ਆ ਕੇ ਬਾਹਰ, ਫਿਰ ਬੀੜੀ, ਸਿਗਰਟ, ਬੀਅਰ, ਪੱਬ 'ਚ ਜਾਣਾ ਹੈ, ਕਸੀਨੋ 'ਚ ਜਾਣਾ, ਜੂਏ ਖੇਡਣ, ਵੀ ਨਸ਼ੇ ਕਰਨੇ ਆ, ਵੀ ਜੇ ਤੁਸੀਂ ਸਿਰਫ ਸੰਡੇ ਦੀ ਸੰਡੇ ਜੇ ਤੁਸੀਂ ਮਿਲਦਾ। ਹਾਲੇਲੂਇਆ ਪਰ ਮੈਂ ਦੱਸਣਾ ਚਾਹੁੰਦਾ, ਜੇ ਤੁਸੀਂ 24 ਘੰਟੇ ਤੁਹਾਡੇ ਨਾਲ ਹੈ, ਕਿਉਂਕਿ ਪਰਮੇਸ਼ੁਰ ਨੇ ਪ੍ਰੋਮਿਸ ਕੀਤਾ ਵੀ ਮੇਰੀ ਹਜ਼ੂਰੀ 24 ਆਵਰਸ ਤੇਰੇ ਨਾਲ ਆ। ਹਾਲੇਲੂਇਆ ਹਾਲੇਲੂਇਆ। ਇਹਦੀ 20 ਐਤ ਪੜੋ, ਜਿੱਥੇ ਪਰਮੇਸ਼ੁਰ ਮੂਸਾ ਕਹਿ ਰਿਹਾ, ਤਾਂ ਉਸ ਆਖਿਆ, ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ। ਹਾਲੇਲੂਇਆ ਹਾਲੇਲੂਇਆ। ਹੁਣ ਸੁਣੋ ਮੇਰੇ ਭੈਣੋ ਤੇ ਭਰਾਵੋ, ਅੱਜ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ, ਵਚਨ ਨੂੰ ਗੌਰ ਨਾਲ ਸੁਣਨਾ। ਮੂਸਾ ਨੇ ਤੇ ਕਿਹਾ ਪਰਮੇਸ਼ੁਰ ਮੈਨੂੰ ਤੂੰ ਆਪਣਾ ਕੀ ਦਿਖਾ? ਜਲਾਲ ਦਿਖਾ, ਆਪਣਾ ਜਲਾਲ ਦਿਖਾ। ਅੱਜ ਬਹੁਤ ਸਾਰੇ ਲੋਕ ਕਹਿੰਦੇ ਲੈ ਸਾਨੂੰ ਤਾਂ ਕਦੀ ਯਿਸੂ ਨੇ ਦਰਸ਼ਨ ਦਿੱਤਾ ਨਹੀਂ, ਤੂੰ ਕਦੀ ਦਰਸ਼ਨ ਚ ਆਇਆ ਹੀ ਨਹੀਂ, ਤੂੰ ਤਾਂ ਦਰਸ਼ਨ ਚਾਹੁੰਦਾ ਪ੍ਰਭੂ ਜੀ ਸੁਪਨੇ 'ਚ ਕਟਰੀਨਾ ਕੈਫ ਆਵੇ, ਮੇਰੇ ਨਾਲ ਡਾਂਸ ਕਰੇ। ਉਹ ਇੱਕ ਫਿਲਮ ਬੜੀ ਮਸ਼ਹੂਰ ਹੋਈ ਹੈ ਥੋੜ੍ਹੇ ਪਿਛਲੇ ਦਿਨ, ਟਾਈਗਰ ਜਿੰਦਾ ਹੈ, ਟਾਈਗਰ ਜਿੰਦਾ ਹੈ, ਉਹ ਯਾਰ ਟਾਈਗਰ ਜਿੰਦਾ ਕਿ ਨਹੀਂ ਜਿੰਦਾ ਸਾਨੂੰ ਨਹੀਂ ਪਤਾ, ਮੈਨੂੰ ਇੱਕ ਚੀਜ਼ ਦਾ ਪਤਾ, ਮੇਰਾ ਯਿਸੂ ਸੀ ਜਿੰਦਾ। ਹਾਲੇਲੂਇਆ ਮੇਰਾ ਯਿਸੂ ਸੀ ਜਿੰਦਾ, ਪਰ ਟਾਈਗਰ ਜਿੰਦਾ ਜਾਂ ਨਹੀਂ ਇਹ ਨਹੀਂ ਸਾਨੂੰ ਪਤਾ, ਮੇਰਾ ਯਿਸੂ ਸੀ ਜਿੰਦਾ ਇਹ ਸਾਨੂੰ ਪਤਾ, ਉਹਦੀ ਅਸੀਂ ਗਵਾਹੀ ਦਿੰਦੇ ਹਾਂ, ਉਹਦੀ ਅਸੀਂ ਮਹਿਮਾ ਕਰਦੇ ਹਾਂ, ਮੇਰਾ ਯਿਸੂ ਸੀ ਜਿੰਦਾ, ਮੇਰਾ ਯਿਸੂ ਸੀ ਜਿੰਦਾ। ਹਾਲੇਲੂਇਆ 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 ਹਾਲੇਲੂਇਆ। ਉਹ ਫਿਲਮ ਨੇ ਬੜੀਆਂ ਨਿਊਜ਼ ਆ ਰਹੀ, ਫਿਲਮ ਨੇ 300 ਕਰੋੜ ਕਮਾ ਲਿਆ, 300 ਕਰੋੜ ਕਮਾ ਲਿਆ। ਉਹ ਮੈਂ ਕਿਹਾ ਫਿਲਮ ਨੇ 300 ਕਰੋੜ ਕਮਾਇਆ ਤੇ ਮੇਰੇ ਯਿਸੂ ਜੀ ਨੇ ਪੂਰੀ ਦੁਨੀਆ ਹੀ ਕਮਾ ਲਈ ਆ, ਜਿੰਦਾ ਹੋ ਕੇ। ਮੇਰਾ ਯਿਸੂ ਜਿੰਦਾ ਵਾ, ਮੇਰਾ ਯਿਸੂ ਸੀ ਜਿੰਦਾ। ਹਾਲੇਲੂਇਆ 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 ਹਾਲੇਲੂਇਆ। ਟਾਈਗਰ ਜਿੰਦਾ ਜੀ, ਟਾਈਗਰ ਜਿੰਦਾ ਹੈ, ਬੜੀ ਫਿਲਮ ਫੇਮਸ ਹੋਈ, ਹੁਣ ਤਾਂ ਪਿੱਛੇ ਨਿਊਜ਼ ਦੇ ਵਿੱਚ ਆ ਰਿਹਾ ਸੀ। ਉਹ ਮੈਂ ਕਿਹਾ ਟਾਈਗਰ ਜਿੰਦਾ, ਇਹ ਤਾਂ ਸਾਨੂੰ ਪਤਾ ਨਹੀਂ ਜਿੰਦਾ ਹੈਗਾ ਜਾਂ ਨਹੀਂ, ਪਰ ਇੱਕ ਚੀਜ਼ ਸਾਨੂੰ ਪਤਾ ਕਿਹੜੀ ਆ ਜੀ, ਸਾਡਾ ਯਿਸੂ ਮਸੀਹ ਜਿੰਦਾ ਵਾ। ਹਾਲੇਲੂਇਆ ਹਾਲੇਲੂਇਆ। ਯਿਸੂ ਮਸੀਹ ਕੇ ਨਾਮ ਕੀ ਉੱਚੀ ਆਵਾਜ਼ ਨਾਲ, ਯਿਸੂ ਮਸੀਹ ਕੇ ਨਾਮ ਕੀ, ਹਾਲੇਲੂਇਆ ਹਾਲੇਲੂਇਆ, ਬੜੋ ਉੱਚੀ ਆਵਾਜ਼ ਨਾਲ। ਤਾਂ ਉਸ ਆਖਿਆ, ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ, ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸਕਦਾ। ਤਾਂ ਯਹੋਵਾ ਨੇ ਆਖਿਆ, ਵੇਖ ਮੇਰੇ ਕੋਲ ਇੱਕ ਥਾਂ ਹੈ, ਅਰ ਤੂੰ ਇੱਕ ਚਟਾਨ ਉੱਤੇ ਖਲੋ ਜਾਵੀਂ, ਅਰ ਇਹ ਹੋਵੇਗਾ
ਕਿ ਜਦ ਮੇਰਾ ਤੇਜ ਲੰਘ ਜਾਵੇ ਓ ਜੀਸਸ ਹਾਲੇਲੂਇਆ ਹਾਲੇਲੂਇਆ ਇਕੀਅਤ ਪੜੀ ਤੁਸੀਂ ਨਾ ਬਾਈ ਬਾਈ ਐਤ ਪਰਮੇਸ਼ਵਰ ਨੇ ਮੂਸਾ ਨੂੰ ਇੱਕ ਗੱਲ ਕਹੀ ਸੁਣੋ ਮੇਰੇ ਨਾਲ ਫੋਕਸ ਕਰ ਲਓ ਫੋਕਸ ਕਰੋ ਮੇਰੇ ਨਾਲ ਪਰਮੇਸ਼ਵਰ ਨੇ ਮੂਸਾ ਨੂੰ ਇੱਕ ਗੱਲ ਕਹੀ ਕਹਿੰਦਾ ਜੇ ਤੂੰ ਮੇਰੇ ਤੇਜ ਨੂੰ ਦੇਖਣਾ ਚਾਹੁੰਦਾ ਤੇਜ ਮਤਲਬ ਹਿੰਦੀ 'ਚ ਜਲਾਲ ਲਿਖਿਆ ਹੋਇਆ ਅਤੇ ਇੰਗਲਿਸ਼ ਵਿੱਚ ਲਿਖਿਆ ਗਲੋਰੀ ਜੇ ਤੂੰ ਮੇਰੀ ਗਲੋਰੀ ਨੂੰ ਦੇਖਣਾ ਚਾਹੁੰਦਾ ਵਾ ਜੇ ਤੂੰ ਮੇਰੀ ਮਹਿਮਾ ਨੂੰ ਦੇਖਣਾ ਚਾਹੁੰਦਾ ਜੇ ਤੂੰ ਮੇਰੀ ਅਨੋਇੰਟਿੰਗ ਨੂੰ ਦੇਖਣਾ ਚਾਹੁੰਦਾ ਮੇਰੇ ਕੋਲ ਇੱਕ ਥਾਂ ਵਾ ਪਰਮੇਸ਼ਵਰ ਕੀ ਕਹਿੰਦਾ ਮੇਰੇ ਕੋਲ ਕੀ ਆ ਇੱਕ ਉੱਚੀ ਆਵਾਜ਼ ਨਾਲ ਬੋਲ ਦਿਓ ਕੀ ਆ ਪਰਮੇਸ਼ਵਰ ਕਹਿੰਦਾ ਮੇਰੇ ਕੋਲ ਇੱਕ ਚਟਾਨ ਹੈ ਮੇਰੇ ਕੋਲ ਤੂੰ ਉਹ ਚਟਾਨ ਦੇ ਵਿੱਚ ਚਲਾ ਜਾ ਉਹ ਚਟਾਨ ਦੇ ਵਿੱਚ ਚਲਾ ਜਾ ਪਰਮੇਸ਼ਵਰ ਕਹਿ ਰਿਹਾ ਮੂਸਾ ਨੂੰ ਤੂੰ ਚਟਾਨ ਦੇ ਵਿੱਚ ਚਲਾ ਜਾ ਤੂੰ ਚਟਾਨ ਦੇ ਵਿੱਚ ਚਲਾ ਜਾ ਰਿਕਾਰਡ ਕਰਿਓ ਨੋਟਿੰਗ ਕਰਿਓ ਨੋਟਿਸ ਕਰਿਓ ਪਰਮੇਸ਼ਵਰ ਪਹਿਲਾ ਕਰੰਥੀਆ 10 ਪਾਗ ਉਹਦੀ 4 ਐਤ ਕਹਿੰਦਾ 4 ਐਤ ਵਿੱਚ ਪਰਮੇਸ਼ਵਰ ਲਿਖਿਆ ਤੁਸੀਂ ਇੱਕੋ ਹੀ ਪੱਥਰ ਤੋਂ ਪਾਣੀ ਪੀਤਾ ਇੱਕੋ ਹੀ ਚਟਾਨ ਤੋਂ ਤੁਸੀਂ ਖਾਧਾ ਉਹ ਚਟਾਨ ਪ੍ਰਭੂ ਯਿਸੂ ਮਸੀਹ ਹੈ ਯਿਸੂ ਜੀ ਦੇ ਵਿੱਚ ਆ ਜਾਓ ਯਿਸੂ ਜੀ ਦੇ ਵਿੱਚ ਆ ਜਾਓ ਪਰਮੇਸ਼ਵਰ ਦਾ ਜਲਾਲ ਦੇਖੋਗੇ ਪਰਮੇਸ਼ਵਰ ਦੀ ਮਹਿਮਾ ਦੇਖੋਗੇ ਪਰਮੇਸ਼ਵਰ ਦੀ ਅਨੋਇੰਟਿੰਗ ਨੂੰ ਦੇਖੋਗੇ ਪਰਮੇਸ਼ਵਰ ਦੇ ਅਭਿਸ਼ੇਕ ਨੂੰ ਦੇਖੋਗੇ ਹਾਲੇਲੂਇਆ ਹਾਲੇਲੂਇਆ ਅੱਜ ਜੇ ਜਲਾਲ ਦੇਖਣਾ ਪਰਮੇਸ਼ਵਰ ਨਾਲ ਫੇਸ ਟੂ ਫੇਸ ਗੱਲਬਾਤ ਕਰਨੀ ਆ ਉਹ ਚਟਾਨ ਕੌਣ ਆ ਕੌਣ ਹੈ ਚਟਾਨ ਪ੍ਰਭੂ ਯਿਸੂ ਮਸੀਹ ਪ੍ਰਭੂ ਯਿਸੂ ਜੀ ਕਹਿੰਦਾ ਮੈਂ ਚਟਾਨ ਆ ਮੈਂ ਚਟਾਨ ਆ ਤੇ ਜਿਹੜਾ ਪੱਥਰ ਚਟਾਨ ਦੇ ਉੱਤੇ ਡਿੱਗਦਾ ਜਿਹੜਾ ਪੱਥਰ ਯਿਸੂ ਜੀ ਦੇ ਉੱਤੇ ਡਿੱਗੇਗਾ ਉਹ ਚੱਕਣਾ ਚੂਰ ਹੋ ਜਾਵੇਗਾ ਹਾਲੇਲੂਇਆ ਓ ਦਰਫਾ ਸਖਿੰਦਰੀਆ ਨਾ ਮਨ ਸ਼ਕੀ ਹਾਲੇਲੂਇਆ ਜਿਹੜੇ ਲੋਕ ਪਰਮੇਸ਼ਵਰ ਨੂੰ ਦੇਖਣਾ ਚਾਹੁੰਦੇ ਆ ਪਰਮੇਸ਼ਵਰ ਦੇ ਜਲਾਲ ਨੂੰ ਦੇਖਣਾ ਚਾਹੁੰਦੇ ਆ ਉਹਦੀ ਗਲੋਰੀ ਨੂੰ ਦੇਖਣਾ ਚਾਹੁੰਦੇ ਆ ਯਿਸੂ ਮਸੀਹ ਕਹਿੰਦਾ ਵੀ ਮੈਂ ਚਟਾਨ ਆ ਮੈਂ ਕੀ ਆ ਚਟਾਨ ਆ ਯਿਸੂ ਮਸੀਹ ਚਟਾਨ ਆ ਤੇ ਮੂਸਾ ਯਿਸੂ ਮਸੀਹ ਦੇ ਕੋਲ ਗਿਆ ਮੂਸਾ ਯਿਸੂ ਮਸੀਹ ਦੀ ਪਨਾਹ 'ਚ ਗਿਆ ਕਿਉਂਕਿ ਕੋਈ ਮਨੁੱਖ ਪਰਮੇਸ਼ਵਰ ਨੂੰ ਦੇਖ ਨਹੀਂ ਸਕਦਾ ਜਦ ਤੱਕ ਉਹ ਯਿਸੂ ਮਸੀਹ ਦੇ ਵਿੱਚ ਨਾ ਚਲਾ ਜਾਵੇ ਜਦੋਂ ਤੁਸੀਂ ਯਿਸੂ ਮਸੀਹ ਨੂੰ ਅਪਣਾਉਂਦੇ ਆ ਯਿਸੂ ਮਸੀਹ ਦੇ ਵਿੱਚ ਹੁੰਦੇ ਆ ਪਰਮੇਸ਼ਵਰ ਨੂੰ ਦੇਖਦੇ ਆ ਪਰਮੇਸ਼ਵਰ ਨੂੰ ਦੇਖਦੇ ਆ ਯਹੋਵਾ ਨੂੰ ਦੇਖਦੇ ਆ ਹਾਲੇਲੂਇਆ 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 ਕਿਉਂਕਿ ਮੇਰਾ ਪਰਮੇਸ਼ਵਰ ਚਟਾਨ ਆ ਯਿਸੂ ਮਸੀਹ ਕਹਿੰਦਾ ਰਾਜੇ ਨੇ ਰੱਦ ਦਿੱਤਾ ਪਰ ਇਹ ਪੱਥਰ ਕੀ ਹੋ ਗਿਆ ਖੂੰਜੇ ਦਾ ਹਾਲੇਲੂਇਆ ਹਾਲੇਲੂਇਆ ਅੱਜ ਤੁਹਾਨੂੰ ਮਸੀਹ 'ਚ ਆਉਣਾ ਪੈਣਾ ਜੇ ਪਰਮੇਸ਼ਵਰ ਦੇ ਜਲਾਲ ਨੂੰ ਦੇਖਣਾ ਤਾਂ ਮਸੀਹ 'ਚ ਤਾਂ ਅਸੀਂ ਆਉਣਾ ਨਹੀਂ ਚਾਹੁੰਦੇ ਜੇ ਅਸੀਂ ਬਾਈਬਲ ਪੜ੍ਹਨ ਲੱਗ ਪਾਂਗੇ ਯਾਰ ਮੈਨੂੰ ਝੂਠ ਬੋਲਣ ਦੀ ਆਦਤ ਛੁੱਟ ਜਾਣੀ ਮੈਨੂੰ ਹੇਰਾ ਫੇਰੀ ਕਰਨੀ ਛੱਡਣੀ ਪੈਣੀ ਆ ਮੈਨੂੰ ਤਾਸ਼ ਛੱਡਣੀ ਪੈਣੀ ਆ ਮੈਨੂੰ ਬੀੜੀ ਸਿਗਰਟ ਛੱਡਣੀ ਪੈਣੀ ਆ ਹਿਸਾਬ ਹਿਸਾਬ ਦਾ ਮੰਨਦੇ ਹਾਂ ਹਿਸਾਬ ਦਾ ਜਿੰਨਾ ਮਰਜ਼ੀ ਮੰਨੀ ਜਾਓ ਕਦੇ ਵੀ ਪਰਮੇਸ਼ਵਰ ਦੀ ਗਲੋਰੀ ਨੂੰ ਉਹਦੇ ਜਲਾਲ ਨੂੰ ਤੁਸੀਂ ਦੇਖ ਨਹੀਂ ਸਕਦੇ ਜੇ ਪਰਮੇਸ਼ਵਰ ਦੀ ਅਨੋਇੰਟਿੰਗ ਨੂੰ ਦੇਖਣਾ ਉਹਦੇ ਜਲਾਲ ਨੂੰ ਦੇਖਣਾ ਉਹਦੇ ਅਭਿਸ਼ੇਕ ਨੂੰ ਦੇਖਣਾ ਤੁਹਾਨੂੰ ਚਟਾਨ ਤੇ ਉੱਤੇ ਜਾਣਾ ਪੈਣਾ ਚਟਾਨ 'ਚ ਖਲੋਣਾ ਪੈਣਾ ਤੇ ਪਰਮੇਸ਼ਵਰ ਫਿਰ ਤੁਹਾਨੂੰ ਆਪਣਾ ਜਲਾਲ ਦਿਖਾਵੇਗਾ ਹਾਲੇਲੂਇਆ ਹਾਲੇਲੂਇਆ ਫਿਰ ਦੇਖੋ ਮੂਸਾ ਨੇ ਪਰਮੇਸ਼ਵਰ ਨੂੰ ਕਿਹਾ ਵੀ ਮੈਂ ਤੇਰਾ ਜਲਾਲ ਦੇਖਣਾ ਪਰ ਪਰਮੇਸ਼ਵਰ ਨੇ ਆਪਣਾ ਹੱਥ ਨਾਲ ਉਹਨੂੰ ਕੀ ਕਰ ਲਿਆ ਕਵਰ ਕਰ ਲਿਆ ਜਦੋਂ ਤੁਸੀਂ ਯਿਸੂ ਮਸੀਹ ਦੇ ਵਿੱਚ ਆਉਂਦੇ ਆ ਪਰਮੇਸ਼ਵਰ ਆਪਣੇ ਹੱਥ ਨਾਲ ਤੁਹਾਨੂੰ ਢੱਕ ਲੈਂਦਾ ਵੀ ਤੁਹਾਨੂੰ ਕੋਈ ਤੱਤੀ ਹਵਾ ਨਾ ਲੱਗੇ ਕੋਈ ਦੁਸ਼ਟ ਆਤਮਾ ਤੁਹਾਡੇ ਅਟੈਕ ਨਾ ਕਰ ਸਕੇ ਕੋਈ ਬਿਮਾਰੀ ਤੁਹਾਡਾ ਵਾਲ ਨਾ ਵਿੰਗਾ ਕਰ ਸਕੇ ਪਰਮੇਸ਼ਵਰ ਨੇ ਆਪਣਾ ਹੱਥ ਮੂਸਾ ਦੇ ਉੱਤੇ ਕਰ ਦਿੱਤਾ ਵੀ ਮੂਸਾ ਨੂੰ ਕੋਈ ਬਿਮਾਰੀ ਕੋਈ ਪਰੇਸ਼ਾਨੀ ਮਾਰ ਨਾ ਸਕੇ ਹਾਲੇਲੂਇਆ 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 ਅੱਜ ਮੇਰੇ ਭੈਣੋ ਤੇ ਭਰਾਓ ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਯਿਸੂ ਮਸੀਹ ਦੇ ਵਿੱਚ ਚੱਲਦੇ ਹਾਂ ਤਾਂ ਪਰਮੇਸ਼ਵਰ ਦੇ ਜਲਾਲ ਨੂੰ ਦੇਖਾਂਗੇ ਯਿਸੂ ਦੇ ਸਮਰਥੀ ਨਾਮ ਮੈਂ ਹਾਲੇਲੂਇਆ ਫਿਰ ਪਰਮੇਸ਼ਵਰ ਨੇ ਜਿਹੜਾ ਵਾਅਦਾ ਕੀਤਾ ਹੈ ਪ੍ਰੋਮਿਸ ਕੀਤਾ ਹੈ ਮੂਸਾ ਦੇ ਨਾਲ ਪੂਰਾ ਕੀਤਾ ਜਦੋਂ ਅਸੀਂ ਮੱਤੀ ਦੀ ਅੰਜੀਲ ਪੜ੍ਹਦੇ ਹਾਂ 14 ਪਾਗ ਦੇ ਵਿੱਚ ਸ਼ਾਇਦ ਲਿਖਿਆ ਵੀ ਪਰਮੇਸ਼ਵਰ ਨੇ ਜਦੋਂ ਆਪਣੇ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਪਤਰਸ ਯਕੂਬ ਯੂਹੰਨਾ ਦੇ ਨਾਲ ਪਹਾੜੀ ਦੇ ਉੱਤੇ ਗਿਆ ਜਦੋਂ ਪਹਾੜੀ ਦੇ ਉੱਤੇ ਜਾ ਕੇ ਪ੍ਰਾਰਥਨਾ ਕੀਤੀ ਜਦੋਂ ਪ੍ਰਾਰਥਨਾ ਕੀਤੀ ਮੇਰੇ ਨਾਲ ਫੋਕਸ ਕਰੋ ਜਦੋਂ ਪ੍ਰਾਰਥਨਾ ਕੀਤੀ ਆ ਯਿਸੂ ਮਸੀਹ ਨਾਲ ਪਤਰਸ ਯਕੂਬ ਤੇ ਯੂਹੰਨਾ ਤਿੰਨ ਚੇਲੇ ਨਾਲ ਆ ਯਿਸੂ ਮਸੀਹ ਨੇ ਉਹਨਾਂ ਦੇ ਥੋੜ੍ਹਾ ਜਿਹਾ ਅੱਡ ਹੋ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤਾਂ ਯਿਸੂ ਮਸੀਹ ਦੇ ਕੋਲ ਮੂਸਾ ਏਲੀਆ ਆ ਗਏ ਤੇ ਯਿਸੂ ਮਸੀਹ ਦਾ ਰੂਪ ਕਿਹੜਾ ਹੋ ਗਿਆ ਜਲਾਲੀ ਹੋ ਗਿਆ ਪਰਮੇਸ਼ਵਰ ਨੇ ਉਹਨੂੰ ਦਰਸ਼ਨ ਦਿੱਤਾ ਜਲਾਲੀ ਰੂਪ ਵਿੱਚ ਜਲਾਲੀ ਹੋ ਕੇ ਜਲਾਲੀ ਬਦਨ ਦਿਖਾਇਆ ਜਲਾਲੀ ਬਦਨ ਦਿਖਾਇਆ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਨੇ ਆਪਣਾ ਪ੍ਰੋਮਿਸ ਕੀਤਾ ਹੋਇਆ ਯਿਸੂ ਮਸੀਹ ਦੇ ਦੁਆਰਾ ਮੂਸਾ ਨੂੰ ਪੂਰਾ ਕਰਕੇ ਦਿਖਾਇਆ ਹਾਲੇਲੂਇਆ ਹਾਲੇਲੂਇਆ ਜਦੋਂ ਯਿਸੂ ਮਸੀਹ ਪ੍ਰਾਰਥਨਾ ਕਰ ਰਹੇ ਸੀ ਯਿਸੂ ਮਸੀਹ ਦਾ ਰੂਪ ਕੀ ਹੋ ਗਿਆ ਕੀ ਹੋ ਗਿਆ ਜਲਾਲੀ ਹੋ ਗਿਆ ਯਿਸੂ ਮਸੀਹ ਦਾ ਰੂਪ ਕੀ ਹੋ ਗਿਆ ਜਲਾਲੀ ਹੋ ਗਿਆ ਇਸੇ ਚੈਪਟਰ 'ਚ ਰੂਪ ਕੀ ਹੋ ਗਿਆ ਯਿਸੂ ਮਸੀਹ ਦਾ ਜਲਾਲੀ ਹੋ ਗਿਆ ਫਿਰ ਮੂਸਾ ਵੀ ਆਇਆ ਏਲੀਆ ਵੀ ਆਇਆ ਤੇ ਯਿਸੂ ਮਸੀਹ ਨਾਲ ਕੀ ਕਰਨ ਲੱਗੇ ਆਪਸ ਦੇ ਵਿੱਚ ਆ ਕੇ
ਗੱਲਾਂ ਬਾਤਾਂ ਕਰਨ ਲੱਗੇ। ਜਿਹੜਾ ਮੂਸਾ ਨੇ ਮੰਗਿਆ ਸੀ ਪਰਮੇਸ਼ਰ ਮੈਨੂੰ ਆਪਣਾ ਜਲਾਲ ਦਿਖਾ, ਉਦੋਂ ਨਹੀਂ ਦੇਖ ਸਕਿਆ, ਪਰ ਜਦੋਂ ਯਿਸੂ ਮਸੀਹ ਆ ਗਿਆ, ਯਿਸੂ ਮਸੀਹ ਦੇ ਵਿੱਚ ਆ ਗਿਆ, ਚਟਾਨ ਦੇ ਉੱਤੇ ਖਲੋ ਗਿਆ, ਅਤੇ ਯਿਸੂ ਮਸੀਹ ਦੇ ਦੁਆਰਾ ਉਹਨੇ ਪਰਮੇਸ਼ਰ ਦਾ ਜਲਾਲੀ ਰੂਪ ਦੇਖਿਆ। ਹਾਲੇਲੂਇਆ, ਹਾਲੇਲੂਇਆ। ਇੱਕ ਭੇਤ ਹੋਰ ਸੁਣੋ, ਮੂਸਾ ਕਨਾਨ ਦੇਸ਼ 'ਚ ਲੈ ਕੇ ਨਹੀਂ ਪਹੁੰਚ ਸਕਿਆ, ਰਾਸਤੇ ਦੇ ਵਿੱਚ ਹੀ ਕੂਚ ਕਰ ਗਿਆ ਸਵਰਗ ਵੱਲ ਨੂੰ। ਮੂਸਾ ਰਾਸਤੇ ਦੇ ਵਿੱਚ ਹੀ ਕੂਚ ਕਰ ਗਿਆ, ਇਜ਼ਰਾਇਲ 'ਚ ਨਹੀਂ ਪਹੁੰਚ ਸਕਿਆ, ਉੱਥੇ ਕਾਲਬ ਅਤੇ ਯਹੋਸ਼ੂਆ ਲੈ ਕੇ ਗਏ। ਫਿਰ ਸੁਣੋ, ਜਿਸ ਜਗ੍ਹਾ 'ਤੇ ਯਿਸੂ ਮਸੀਹ ਪ੍ਰਾਰਥਨਾ ਕਰ ਰਿਹਾ ਸੀ, ਜਿਸ ਜਗ੍ਹਾ 'ਤੇ ਯਿਸੂ ਮਸੀਹ ਪਹਾੜੀ ਦੇ ਉੱਤੇ ਖੜ੍ਹਾ ਸੀ, ਉਹ ਜਗ੍ਹਾ ਇਜ਼ਰਾਇਲ ਦੇ ਵਿੱਚ ਸੀ। ਜਦੋਂ ਯਿਸੂ ਮਸੀਹ ਆ ਗਿਆ ਧਰਤੀ ਦੇ ਉੱਤੇ, ਰੂਪ ਜਲਾਲੀ ਹੋ ਗਿਆ, ਜਿਹੜਾ ਮੂਸਾ ਇਜ਼ਰਾਇਲ ਪਹੁੰਚ ਨਹੀਂ ਸਕਿਆ ਜੀਂਦੇ ਜੀ, ਤਾਂ ਯਿਸੂ ਮਸੀਹ ਨੂੰ ਇਜ਼ਰਾਇਲ 'ਚ ਲੈ ਕੇ ਆ ਗਿਆ, ਇਜ਼ਰਾਇਲ 'ਚ ਸਟੈਂਡ ਖੜ੍ਹਾ ਕਰਤਾ। ਮੂਸਾ ਇਜ਼ਰਾਇਲ 'ਚ ਖੜ੍ਹਾ ਪਰਮੇਸ਼ਵਰ ਦੇ ਨਾਲ ਗੱਲਾਂ ਕਰ ਰਿਹਾ, ਜਿਹੜਾ ਮੂਸਾ ਇਜ਼ਰਾਇਲ ਪਹੁੰਚਣਾ ਚਾਹੁੰਦਾ ਸੀ ਪਹੁੰਚ ਨਹੀਂ ਸਕਿਆ ਜੀਂਦਾ ਜੀ, ਮੇਰਾ ਯਿਸੂ ਮਸੀਹ ਇਜ਼ਰਾਇਲ ਲੈ ਕੇ ਆ ਗਿਆ, ਮੇਰਾ ਯਿਸੂ ਮਸੀਹ ਉਹਨੂੰ ਚਟਾਨ ਦੇ ਉੱਤੇ ਲੈ ਕੇ ਆ ਗਿਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਜ ਦਾ ਜਿਹੜਾ ਵਚਨ ਹੈ ਥੋੜ੍ਹਾ ਜਿਹਾ ਸਟਰੋਂਗ ਆ, ਭੇਤ ਵਾਲਾ ਵਚਨ ਹੈ, ਨਵਿਆਂ ਨੂੰ ਤਾਂ ਸ਼ਾਇਦ ਘੱਟ ਹੀ ਸਮਝ ਲੱਗੇ, ਜਿਹੜੇ ਪੁਰਾਣੇ ਆ ਉਹਨਾਂ ਨੂੰ ਸਮਝ ਲੱਗੂਗੀ। ਹਾਲੇਲੂਇਆ, ਹਾਲੇਲੂਇਆ। ਮੂਸਾ ਰਾਸਤੇ 'ਚ ਪੂਰਾ ਹੋ ਗਿਆ ਸੀ, ਇਜ਼ਰਾਇਲ 'ਚ ਲੈ ਕੇ ਨਹੀਂ ਪਹੁੰਚ ਸਕਿਆ, ਕਨਾਨ ਦੇਸ਼ 'ਚ ਨਹੀਂ ਲੈ ਕੇ ਪਹੁੰਚ ਸਕਿਆ, ਕਿਉਂਕਿ ਉਹਨੇ ਰਾਸਤੇ ਦੇ ਵਿੱਚ ਹੀ ਆਪਣੇ ਗਲਤੀਆਂ ਦੇ ਕਾਰਨ, ਗੁਨਾਹ ਦੇ ਕਾਰਨ, ਜਿਹੜੇ ਤੋਂ ਗਲਤੀ ਹੋ ਗਈ ਸੀ, ਪਰਮੇਸ਼ਰ ਕਹਿੰਦਾ ਇਹਨੂੰ ਕਹਿ ਪੱਥਰ ਨੂੰ ਪਾਣੀ ਆਵੇ, ਨਾਲ ਸੋਟਾ ਮਾਰਿਆ ਕਲਪ ਕੇ, ਅਤੇ ਉਹ ਪਾਣੀ ਤਾਂ ਨਿਕਲਿਆ ਨਿਕਲਿਆ, ਪਰ ਪਰਮੇਸ਼ਰ ਕਹਿੰਦਾ ਤੂੰ ਮੇਰੇ ਹੁਕਮ ਨੂੰ ਤੋੜਿਆ, ਹੁਣ ਤੂੰ ਕਨਾਨ ਦੇਸ਼ 'ਚ ਪਹੁੰਚ ਨਹੀਂ ਸਕਦਾ। ਪਰ ਜਦੋਂ ਯਿਸੂ ਮਸੀਹ ਧਰਤੀ ਉੱਤੇ ਆਇਆ, ਜਦੋਂ ਯਿਸੂ ਮਸੀਹ ਧਰਤੀ ਦੇ ਉੱਤੇ ਆ ਗਿਆ, ਤਾਂ ਯਿਸੂ ਮਸੀਹ ਮੂਸਾ ਨੂੰ ਕਨਾਨ